बहुत ही प्यारे सतगुरु जी की प्यारी प्यारी साह संगत जी धन धन हो तेरा यात्रा गुरु प्यारी साह संगत जी जिवें अज कोई एक अखबार दे विच भी खबर आ रही है कि जुप्पी वाला फेर जिहड़ा शायद जुप्पी दे विच आवे ਉਹਦੇ ਵਿੱਚ ਇਹੀ ਲਿਖਿਆ ਹੋਇਆ ਕਿ ਯੂਪੀ ਦਾ ਜਿਹੜਾ ਉੱਥੋਂ ਦਾ ਬਰਨਾਲਾ ਦਾ ਕੋਈ ਡੀ ਸੀ ਵਗੈਰਾ ਉਹ ਤੋਂ ਪਰਮਿਸ਼ਨ ਮੰਗੀ ਗਈ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਇਹਦਾ ਮਤਲਬ ਇੱਕ ਗੱਲ ਤਾਂ ਵਿੱਚ ਤਾਂ ਨਹੀਂ ਆਵੇਗਾ ਅਸੀਂ ਵੀ ਇਹ ਗੱਲ ਬਾਰ ਬਾਰ ਕਹਿੰਦੇ ਹਾਂ ਕਿ ਇਹ ਇੱਕ ਤਾਂਤਰਿਕ ਹੈ ਆਰੇ ਨੇ ਜਿਹੜਾ ਬਰਨਾਲਾ ਆਸ਼ਰਮ ਹੈ ਉਸੇ ਨੂੰ ਥੋੜਾ ਕੀਤਾ ਹੋਇਆ ਆਪਣੀ ਤੰਤਰ ਵਿਦਿਆ ਦੇ ਹਿਸਾਬ ਦੇ ਨਾਲ ਜਿਵੇਂ ਉਹ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਵੀ ਉਹ ਉਹਨੂੰ ਜ਼ਿਆਦਾ ਨਜ਼ਰ ਬੰਨ ਦੇਣਾ ਤੇ ਜਾਂ ਫਿਰ ਜਗ੍ਹਾ ਬੰਨ ਦੇਣਾ ਇਹਨੇ ਆਪਣੀ ਤਾਂਤਰਿਕ ਵਿਦਿਆ ਸਿਰਫ ਬਰਨਾਲਾ ਆਸ਼ਰਮ ਦੇ ਵਿੱਚ ਹੀ ਕੀਤੀ ਹੋਈ ਹੈ ਇਸੇ ਕਰਕੇ ਜਿਹੜੀ ਇਹ ਪਰਮਿਸ਼ਨ ਹੈ ਹੁਣ ਵੀ ਜੋ ਅਖਬਾਰ ਦੇ ਵਿੱਚ ਆ ਰਹੇ ਆਪਾਂ ਤਾਂ ਉਹੀ ਦੇਖਿਆ ਕਿ ਬਰਨਾਲਾ ਆਸ਼ਰਮ ਦੀ ਮੰਗੀ ਜਾ ਰਹੀ ਹੈ ਪਰ ਪਹਿਲਾਂ ਤਾਂ ਜਿਵੇਂ ਇਹਨਾਂ ਨੇ ਡਰਾਮਾ ਕੀਤਾ ਸੀ ਵੀ ਸਰਸਾ ਦੇ ਡੀਸੀ ਸਾਹਿਬ ਤੋਂ ਵੀ ਪਰਮਿਸ਼ਨ ਮੰਗੀ ਸੀ ਪਰ ਇਸ ਵਾਰ ਤਾਂ ਅਜੇ ਕੋਈ ਖਬਰ ਨਹੀਂ ਆ ਰਹੀ ਵੀ ਸਰਸਾ ਦੇ ਡੀਸੀ ਸਾਹਿਬ ਤੋਂ ਕੋਈ ਪਰਮਿਸ਼ਨ ਮੰਗੀ ਹੈ ਅਸੀਂ ਵੀ ਸ਼ੁਕਰ ਕਰਦੇ ਹਾਂ ਉਸ ਮਾਲਕ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਸਤਿਗੁਰ ਇਹ ਬੰਦਾ ਕਦੇ ਵੀ ਇਹ ਤੰਤਰ ਕਿਹੜਾ ਸ਼ਬਦ ਹੈ ਜਿਹੜਾ ਗੁਰਬਾਣੀ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਸੱਚੇ ਗੁਰੂ ਦੇ ਵਾਸਤੇ ਜਿਹੜਾ ਉਹਦੇ ਵਿੱਚ ਆਉਂਦਾ ਵਰਣਨ ਆਉਂਦਾ ਤੇ ਸਰਸਾ ਸ਼ਬਦ ਅਸਲੀ ਗੁਰੂ ਪਿਤਾ ਜੀ ਦੇ ਨਾਮ ਦੇ ਨਾਲ ਹੀ ਲੱਗਿਆ ਹੋਇਆ ਇਹਦੇ ਨਾਮ ਦੇ ਨਾਲ ਹੁਣ ਜੁੱਪੀ ਵਾਲਾ ਜਿਹੜਾ ਸ਼ਬਦ ਉਹ ਪੱਕ ਗਿਆ ਤੇ ਇਹੀ ਰਹਿਣਾ ਚਾਹੀਦਾ ਇਹ ਡਿਫਰੈਂਸ ਆਉਣ ਰਹਿੰਦੀ ਦੁਨੀਆਂ ਤੱਕ ਹੀ ਰਹੂਗਾ ਇਹ ਜੁੱਪੀ ਵਾਲਾ ਹੀ ਰਹੂਗਾ ਜੁੱਪੀ ਤੋਂ ਬਾਹਰ ਇਹ ਕਦੇ ਨੀ ਜਾ ਸਕੂਗਾ ਅਸੀਂ ਤਾਂ ਆਪਣੇ ਸਤਿਗੁਰ ਨੂੰ ਅਰਬਾਂ ਖਰਬਾਂ ਵਾਰ ਧੰਨ ਧੰਨ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਇਹ ਸਤਿਗੁਰ ਰਹਿਮਤ ਕਰਨਾ ਕਿ ਇਹ ਤਾਂਤਰਿਕ ਜਾਂ ਇਹ ਜੋ ਵੀ ਹੈ ਇਹ ਕਦੇ ਵੀ ਸਰਸੇ ਦੇ ਵਿੱਚ ਮਤਲਬ ਕਿ ਪੈਰ ਵੀ ਰੱਖ ਨਾ ਸਕੇ ਕਿਉਂਕਿ ਗੁਰਬਾਣੀ ਇਸ ਗੀਤ ਦਾ ਭਰੋਸਾ ਦਿੰਦੀ ਹੈ ਜਦੋਂ ਆਪਾਂ ਸੁਣਦੇ ਹਾਂ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਵੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਇਹਦੀ ਪਹਿਲੀ ਲੈਣ ਵੀ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਹੈ ਵੀ ਦੁੱਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਵੀ ਸੱਚੀ ਬਾਣੀ ਨੂੰ ਸੁਣੋ ਵੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਵੀ ਜਿਹੜੇ ਮਤਲਬ ਕਿ ਸੰਤ ਹੋਣਗੇ ਜਾਂ ਸੰਤ ਸੱਜਣ ਹੋਣਗੇ ਸਰਸੇ ਦੇ ਵਿੱਚ ਤਾਂ ਪੂਰੇ ਗੁਰੂ ਦੇ ਹੋਣਗੇ ਤਾਂ ਇਸ ਗੱਲ ਦਾ ਚਲੋ ਇੱਕ ਗੱਲ ਦੀ ਤੇ ਤਸੱਲੀ ਰਹਿੰਦੀ ਹੈ ਬਾਕੀ ਤਾਂ ਕਾਲ ਮਹਾਕਾਲ ਨੇ ਜਿਹੜਾ ਆਪਾਂ ਦੇਖਿਆ ਤੇ ਪੂਰਾ ਸ਼ੋਰ ਮਚਾ ਹੀ ਰੱਖਿਆ ਚਾਰ ਚੁਫੇਰੇ ਗੁਰੂ ਪਿਤਾ ਜੀ ਦੇ ਜਿੰਨੇ ਵੀ ਮਤਲਬ ਸੀ ਅਸੂਲ ਸੀ ਜਾਂ ਡੇਰਾ ਸੱਚਾ ਸੌਦਾ ਦੇ ਜਿੰਨੇ ਵੀ ਸਿਧਾਂਤ ਸੀ ਉਹਨਾਂ ਨੂੰ ਸਾਰਿਆਂ ਨੂੰ ਇਹਨੇ ਖਤਮ ਕਰਨ ਦੇ ਵਿੱਚ ਪੂਰਾ ਜ਼ੋਰ ਲਾ ਰੱਖਿਆ ਸਭ ਤੋਂ ਵੱਡਾ ਸਿਧਾਂਤ ਤਾਂ ਨਾਮ ਸ਼ਬਦ ਦਾ ਹੀ ਸੀ ਤੇ ਅੱਜ ਤੁਸੀਂ ਆਪਾਂ ਜਿਹੜੀ ਵੀਡੀਓ ਪਾਈ ਉਹਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਉਹ ਇਹ ਕੋਸ਼ਿਸ਼ ਕਰ ਰਹੇ ਆ ਵੀ ਨਾਮ ਸ਼ਬਦ ਦੀ ਇੰਪੋਰਟੈਂਸ ਜਿਵੇਂ ਆਪਾਂ ਕਹਿੰਦੇ ਵੀ ਨਾਮ ਸ਼ਬਦ ਦੀ ਮਹੱਤਤਾ ਨੂੰ ਵੀ ਉਹ ਬੰਦਾ ਖਤਮ ਕਰਨਾ ਚਾਹੁੰਦਾ ਦੇਖੋ ਕਿੰਨੀ ਇਹ ਚੀਜ਼ ਦੀ ਘਟੀਆ ਸੋਚ ਹੈ ਤੁਸੀਂ ਜੇ ਇਹਨੂੰ ਦੇਖੋ ਜਿਹੜੇ ਹਿੰਦੀ ਭਾਸ਼ਾ ਉਹ ਹਿੰਦੀ ਤੋਂ ਬੋਲ ਹੀ ਰਿਹਾ ਜੇ ਪੰਜਾਬੀ ਵਾਲੇ ਨੂੰ ਉਹਦੀ ਕੋਈ ਗੱਲ ਨਾ ਸਮਝ ਲੱਗਦੀ ਹੋਵੇ ਤਾਂ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਦੱਸ ਦਿੰਦੀ ਹਾਂ ਜਿਹੜੀ ਆਪਾਂ ਇੱਕ ਮਿੰਟ ਦੀ ਅੱਜ ਵੀਡੀਓ ਪਾਈ ਉਹ ਕਹਿ ਕੀ ਰਿਹਾ ਉਹ ਕਹਿੰਦਾ ਵੀ ਇਹਦਾ ਆਤਮ ਬਲਦੀ ਬੋਲਦਾ ਪਹਿਲੀ ਗੱਲ ਤਾਂ ਗੱਲ ਸ਼ੁਰੂ ਕਿਤੋਂ ਹੋਰ ਕਰਦਾ ਐਂਡ ਕਿਤੇ ਉਹਦਾ ਹੋਰ ਕਰਦਾ ਸ਼ੁਰੂ ਦੇ ਵਿੱਚ ਤਾਂ ਉਹ ਇਹ ਕਹਿੰਦਾ ਵੀ ਆਤਮ ਬਲ ਲਈ ਸਾਡੇ ਧਰਮਾਂ ਦੇ ਵਿੱਚ ਪਵਿੱਤਰ ਵੈਦਾਂ ਵਿੱਚ ਕੀ ਦੱਸਿਆ ਕਿ ਇੱਕ ਸ਼ਬਦ ਵੀ ਮਿਲ ਜਾਏ ਸੱਚੇ ਪੀਰ ਫਕੀਰ ਤੋਂ ਤਾਂ ਆਤਮ ਬਲ ਨੂੰ ਹੀ ਨਹੀਂ ਕਹਿੰਦਾ ਤੇ ਕਹਿੰਦਾ ਪਰਮ ਪਿਤਾ ਪਰਮਾਤਮਾ ਨੂੰ ਵੀ ਮਿਲਾ ਸਕਦਾ ਇੱਕ ਸ਼ਬਦ ਕਹਿੰਦਾ ਆਤਮ ਬਲ ਨੂੰ ਹੀ ਨਹੀਂ ਪਰਮ ਪਿਤਾ ਪਰਮਾਤਮਾ ਨੂੰ ਵੀ ਮਿਲਾ ਸਕਦਾ ਪਹਿਲੀ ਗੱਲ ਤਾਂ ਇਹ ਲਾਈਨ ਵੀ ਗਲਤ ਹੈ ਉਹਦਾ ਇਹਦਾ ਇਹ ਕਹਿਣਾ ਕਿ ਸਾਡੇ ਜਿਹੜੇ ਹੈਗੇ ਆ ਆਤਮ ਬਲ ਲਈ ਸਾਡੇ ਸਾਰੇ ਧਰਮਾਂ ਵਿੱਚ ਪਵਿੱਤਰ ਵੇਦਾਂ ਵਿੱਚ ਕੀ ਦੱਸਿਆ ਕਿ ਇੱਕ ਸ਼ਬਦ ਵੀ ਮਿਲ ਜਾਏ ਸੱਚੇ ਪੀਰ ਫਕੀਰ ਤੋਂ ਤਾਂ ਆਤਮ ਬਲ ਤਾਂ ਕੀ ਪਰਮ ਪਿਤਾ ਪਰਮਾਤਮਾ ਨੂੰ ਵੀ ਮਿਲਾ ਸਕਦਾ ਵੀ ਇੱਕ ਸ਼ਬਦ ਮਿਲਣ ਨਾਲ ਨਹੀਂ ਹੀ ਸਿਰਫ ਆਤਮ ਬਲ ਵੱਧਦਾ ਨੀ ਕਿਸੇ ਦਾ ਜਾਂ ਆਤਮ ਬਲ ਮਿਲਦਾ ਨੀ ਹੈ ਕਿ ਤੁਸੀਂ ਇੰਨੇ ਗ੍ਰੰਥ ਭਰੇ ਪਏ ਆ ਜਾਂ ਗੁਰੂ ਪਿਤਾ ਦੇ ਵਚਨ ਸੁਣੋ ਕਿਤੇ ਇਹ ਲਿਖਿਆ ਵੀ ਜਿਹਨੇ ਇੱਕ ਨਾਮ ਸ਼ਬਦ ਤਾਂ ਸ਼ੇਖ ਕੌਰ ਨੂੰ ਦਿੱਤਾ ਪਿਤਾ ਜੀ ਨੇ ਕੀ ਫਿਰ ਸਾਰਿਆਂ ਚ ਆਤਮ ਬਲ ਆ ਗਿਆ ਕਿ ਸਾਰਿਆਂ ਨੇ ਪਰਮ ਪਿਤਾ ਪਰਮਾਤਮਾ ਨੂੰ ਪਾ ਲਿਆ ਫਿਰ ਕਹਿੰਦਾ ਕਈ ਪੜ੍ਹ ਕੇ ਕਰ ਜਾਂਦੇ ਉਹ ਕਹਿੰਦੇ ਪੰਜ ਨਾਲ ਹੀ ਇਸ ਤਰ੍ਹਾਂ ਹੋ ਸਕਦਾ ਜਾਂ ਤਿੰਨ ਨਾਲ ਹੀ ਮਤਲਬ ਕਿ ਜਾਂ ਪੰਜ ਨਾਲ ਹੀ ਇਸ ਤਰ੍ਹਾਂ ਹੋ ਸਕਦਾ ਜਾਂ ਤਿੰਨ ਨਾਲ ਹੀ ਹੋ ਸਕਦਾ ਵੀ ਉਹ ਉਹਨਾਂ ਗੱਲਾਂ ਦੀ ਆਪਦਿਆਂ ਨੇ ਕਾਟ ਕਰ ਰਿਹਾ ਵੀ ਜਿਹੜੇ ਲੋਕ ਕੁਛ ਸੋਚਦੇ ਵੀ ਕਿਉਂਕਿ ਉਹਨੇ ਇੱਕ ਸ਼ਬਦ ਕਰਤਾ ਹੁਣ
अरे परमात्मा चाहे ओ अपने फकीर नू निगाह दे देवे तां ओ आशीर्वाद नाल भी देखो आशीर्वाद नाल कह रहा है हजे नूरी जिहड़ी नूरी नजर हुंदी है दृष्टि नाल तां सतगुर तार सकदा पर इह की कहिंदा आशीर्वाद नाल ही कहिंदा इतिहास गवाह है साडे संत ऋषि मुनि पीर पैगंबर गुरु साहिबाना ने अपने आशीर्वाद नाल लोकां दा बेड़ा पार कर दिता शब्द दिता ही नहीं कहिंदा कई तीन पंज दे चक्करां च पए हुंदे आ गुरु प्यारी साहब संगत जी यह बंदा ला चैलेंज करते हैं यह गुरु साहबाना की संत पीर फकीर ऋषि मुनिया की गल करता ना इतिहास गवाह है कहता यह इतिहास के एक भी किसी संत की पीर की फकीर की पैगंबर की जा गुरु साहबान का होया किसी एक का ना लैके कह दे भी इस गुरु ने नाम शब्द नहीं दिता तो सिर्फ आशीर्वाद नाल बेड़ा पार किया गुरु पिता जी के वचन है भी जे संत तवज्जो नाल आपकी दृष्टि पा दें ना तां जिहड़े मुरदे नूं जिंदा कर सकदे आ पर उत्थे वी जिहड़ा हैगा जी मालक चाहे तां उह दृष्टि कम करदी है दृष्टि जे उह वी तवज्जो नाल रूपी दे वचन जे तवज्जो करके संत दृष्टि पा देण तां जिहड़ा हैगा मुरदे नूं जिंदा कर सकदे आ ऐं जे तवज्जो करके दृष्टि किसे ते पा देण तां उह उहनूं पार सकदी है इह गुरु पिता जी दे वचन है पर इत्थे इह तां देखो किड्डा कह रिहा कहिंदा इतिहास ही गवाह है संत ऋषि मुनि पीर पैगंबर गुरु साहबाना ने अपने आशीर्वाद नाल लोकां दा बेड़ा पार कर दिता नाम दिता ही नहीं शब्द दिता ही नहीं कमाल है ते फिर जो पवित्र गुरबाणी इन्नी भरी पई है पुछण वाला होवे कोई तू तां सारी उहदी महिमा ही खत्म कर रहे जे असीं साहिब श्री गुरु ग्रंथ साहिब दी पवित्र गुरबाणी नूं ध्यान नाल सुणीए जां पढ़ीए उहदे तां हर पेज ते महिमा ही नाम दी है सिख धर्म दे विच जिन्ने साहिबान दस दे दस गुरु साहिबाना ने ही नाम शब्द दिता है एक भी गुरु दे इहो जिहे एग्जाम्पल नहीं है कि उन्हें कला भी नाम शब्द आपकी लाइफ दे विच दिता ही ना होवे ते कले आशीर्वाद नाल ही लोकां नूं तारिया होवे योजा करिश्मा तो संत करते ही नहीं संत कह रहे जे अजिहा कुछ हो सकता हों फिर नाम शब्द की जरूरत ही नहीं ना ही फिर नाम शब्द की इना महमा गाने की जरूरत थी साढ़े अपने डेरे दे गुरु प्यारी साहब संघ जी लगभग जिन्ने ग्रंथ भी तुसीं देखोगे ना अपने शुरू दे विच जिथे सच्चा सौदा की है उस पेज ते ही तीसरी पातशाही साहिब श्री गुरु अमरदास जी की पवित्र बाणी लिखी हुई है भी सच्चा सौदा हरिनाम है सच्चा वपारा राम गुरमति हरिनाम वांझिए अतमोल अपारा राम वो कहने भी सच्चा सौदा है ही हरिनाम हरि का नाम ही सच्चा सौदा है सच्चा व्यापार भी सच्चा जरा भी हरि का नाम ही है श्री गुरु अर्जन देव जी के भी वचन है जो भाई प्राप्त मानक देहरिया गोविंद मिलन की तेरी भरिया अवर काज तेरे किते नकाम मिल साध संगत भज केवल नाम वह तो सिर्फ महमे ही नाम भी करते हैं पवित्र गुरबाणी तो इतों तक कहती है भी दुलभ दुलभ दे पाई वडभागी नाम ना जपै ते आत्म घाटी कहते भी जिन्हें दुर्लभ दे पाली वड़ भागी है पर नाल की लिखिया नाम ना जपै ते आत्म घाटी कहते नाम नहीं जपते तो आत्म घाटी है ते सब तो कहना भी शब्द दिता ही नहीं उन्होंने ते आशीर्वाद वाले पा बेड़ा पार करता ते फिर तो वो दोगले तेन अकल नहीं है किसी चीज की ना तेन कोई रूहानियत का पता है ना तेन कोई रूहानियत का ऊड़ा आड़ा आंदा है पर जो संत होया गुरु पीर अवतार होया तू पहला ता उन्होंने हमेशा ही नाम की महिमा ही उत्तम दसिया है प्रभु का सिमरन सब ते उच्चा उन्होंने ऐसा थोड़ी कहता जेड़ा प्रभु का सिमरन है वह ही सब तो उच्चा है देखो साडे पवित्र ग्रंथ दे विच भी बंदे तो रब दे विच भी लिखिया भजना च भी आउंदे आ पवित्र गुरबाणी दे शब्द वाक आम ही आउंदे आ भी अब कलो आयो रे इक नाम बोवो बोवो अनहद रत नाही नाही मत भरम भुलो भुलो ते इहदे विच भी जे आपां देखिए
ਵੀ ਕੀ ਕਿਹਾ ਕਲਯੁਗ ਦੇ ਵਿੱਚ ਤਾਂ ਇਕੱਲਾ ਨਾਮ ਹੀ ਦਾ ਸਾਰਾ। ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਪਣੇ ਸ਼ਬਦਾਂ ਦੇ ਵਿੱਚ ਇੱਕ ਜਗ੍ਹਾ ਲਿਖਦੇ ਆ, ਕੱਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੇ ਤਤ ਪਾਵੈ ਔਰ ਧਰਮ ਤਾਕੇ ਸਮ ਨਾਹੀਨ ਇਹ ਵਿਦ ਇਹ ਵਿਧੀ ਵੇਦ ਬਤਾਵੇ। ਵੇਦ ਵੇਦਾਂ ਨੂੰ ਲਿਖ ਰਿਹਾ, ਇਹ ਕਹਿੰਦਾ ਨਾ ਵੇਦਾਂ ਗ੍ਰੰਥਾਂ ਦੇ ਵਿੱਚ ਸਾਡੇ ਆਏ ਲਿਖਿਆ ਇਹ ਵੇਦਾਂ ਦੀ ਗੱਲ ਹੀ ਕਰ ਰਹੇ ਸੀ ਗੁਰੂ ਸਾਹਿਬ ਵੀ ਕੱਲ ਮੈਂ ਏਕ ਨਾਮ ਕਿਰਪਾ ਨਿਧੀ ਜਾਹੇ ਜਪੇ ਗਤ ਪਾਵੈ ਔਰ ਧਰਮ ਤਾਕੇ ਸਮ ਨਾਹੀਨ ਇਹ ਵਿਧੀ ਵੇਦ ਬਤਾਵੇ। ਇਸ ਘੋਰ ਕਲਯੁਗ ਦੇ ਅੰਦਰ ਨਾਮ ਹੀ ਕਿਰਪਾ ਦਾ ਸਮੁੰਦਰ ਹੈ ਜਿਸਦਾ ਸਿਮਰਨ ਕਰਕੇ ਜੀਵ ਮੁਕਤੀ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ। ਵੇਦਾਂ ਦਾ ਕਥਨ ਹੈ ਕਿ ਇਸ ਧਰਮ ਦੇ ਬਰਾਬਰ ਹੋਰ ਕੋਈ ਵੀ ਧਰਮ ਨਹੀਂ ਪੁੱਜ ਸਕਦਾ। ਕਲਯੁਗ ਵਿੱਚ ਕੇਵਲ ਨਾਮ ਜਪ ਕੇ ਆਪਣੇ ਮਾਲਕ ਨਾਲ ਮਿਲਣਾ ਹੀ ਸੱਚਾ ਧਰਮ ਪ੍ਰਵਾਨ ਕੀਤਾ ਗਿਆ। ਤੇ ਫਿਰ ਤਾਂ ਤੂੰ ਤਾਂ ਸਾਰੀ ਗੁਰਬਾਣੀ ਨੂੰ ਝੂਠਾ ਸਾਬਤ ਕਰ ਰਿਹਾ। ਜੇ ਤੂੰ ਇਹ ਕਹਿ ਰਿਹਾ ਵੀ ਨਾਮ ਸ਼ਬਦ ਦੀ ਜ਼ਰੂਰਤ ਨਹੀਂ, ਫਿਰ ਤੂੰ ਦੇਖ ਲੈ ਨਾ ਦੇਖ ਕੇ, ਤੂੰ ਵੀ ਤਾਂ ਆਪਣੇ ਆਪ ਨੂੰ ਐਂ ਕਹਿੰਦਾ ਮੈਂ ਸੱਚਾ ਸੰਤ ਹੈ, ਸਾਰ ਨਾ ਫਿਰ ਆਸ਼ੀਰਵਾਦ ਨਾਲ ਤੂੰ ਲੋਕਾਂ ਨੂੰ। ਤੂੰ ਜਿਹੜਾ ਇੱਕ ਸ਼ਬਦ ਦਿੰਦਾ ਕਰਕੇ ਦੇਖ ਲਾ ਬੰਦ, ਬੰਦ ਕਰਕੇ ਉਹਨੂੰ ਤੂੰ ਇਕੱਲੇ ਆਸ਼ੀਰਵਾਦ ਨਾਲ ਲੋਕਾਂ ਨੂੰ ਕਾਰ ਕੇ ਦੇਖ ਲਾ ਵੀ ਇਕੱਲੇ ਆਸ਼ੀਰਵਾਦ ਨਾਲ ਤੂੰ ਲੋਕਾਂ ਨੂੰ ਕਿੰਨਾ ਕੁ ਕਰ ਦੇਂਗਾ। ਕੁਛ ਨੀ ਆ, ਗੁਰੂ ਪਿਆਰੇ ਸਾਧ ਸੰਗਤ ਜੀ ਜਿਹੜੇ ਉਹ ਆਪਣੇ ਰੂਹਾਨੀਅਤ ਦੇ ਸੱਚੇ ਰਹਿਬਰ ਭਾਗ ਪਹਿਲਾਂ ਦੇ ਵਿੱਚ ਸਾਈ ਮਸਤਾਨਾ ਜੀ ਮਹਾਰਾਜ ਨੇ ਜੋ ਵਚਨ ਲਿਖੇ ਹੋਏ ਆ ਵੀ ਕਾਲ ਆ ਜਿਹੜਾ ਗੁਰੂ ਦੀ ਕੋਈ ਨਿਸ਼ਾਨੀ ਰਹਿ ਨਹੀਂ ਦਊ, ਜਿਹੜਾ ਗੁਰੂ ਦਾ ਬਾਲਕ ਹੈ ਸ਼ਿਸ਼ ਹੈ ਜਿਹੜਾ ਉਹ ਉਹਨੂੰ ਮਿਟਾ ਨਹੀਂ ਦਊਗਾ। ਇਹਨੇ ਜਿਹੜੀ ਸਭ ਤੋਂ ਵੱਡੀ ਨਿਸ਼ਾਨੀ ਆ ਸੰਤਾਂ ਦੀ ਜਿਹੜੀ ਸਭ ਤੋਂ ਵੱਡੀ ਕਹਿੰਦੇ ਅਨਮੋਲ ਦਾਤ ਹੁੰਦੀ ਹੈ ਤਾਂ ਨਾਮ ਸ਼ਬਦ ਨੂੰ ਹੀ ਕਹਿਣ ਲੱਗਦਾ ਵੀ ਇਹਦੀ ਤਾਂ ਜ਼ਰੂਰਤ ਹੀ ਨਹੀਂ ਹੈ ਵੀ ਇਕੱਲਾ ਆਸ਼ੀਰਵਾਦ ਹੀ ਕੰਮ ਕਰੂਗਾ। ਤਾਂ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸਾਡੇ ਇਹਦੇ ਮਗਰ ਲੱਗ ਕੇ ਜਿਹੜੇ ਆ ਹੁਣ ਇਹਦੇ ਅੰਧ ਭਾਰਤ ਦਾ ਕੇਲੇ ਆ, ਇਹ ਨਾਮ ਦੀ ਮਹਿਮਾ ਨੂੰ ਜਿਹੜਾ ਬੰਦਾ ਖਤਮ ਕਰ ਰਿਹਾ ਉਹ ਤੋਂ ਤੁਸੀਂ ਉਮੀਦ ਕੀ ਕਰਦੇ ਆ? ਫਿਰ ਅੰਨਾ ਗੁਰੂ ਅੰਨਾ ਚੇਲਾ ਨਰਕੋ ਮੇ ਧੱਕਮ ਧਕੇਲਾ, ਉੱਥੇ ਧੱਕਮ ਧੱਕੇ ਹੁੰਦੇ ਫਿਰਾਉਂਦੇ। ਨਾਮ ਦੀ ਇੰਨੀ ਮਹਿਮਾ, ਗੁਰੂ ਪਿਤਾਈ ਤੋਂ ਖੁਦ ਬਹੁਤ ਵਾਰੀ ਸਤਸੰਗ ਦੇ ਵਿੱਚ ਨਾਮ ਬਾਰੇ ਜਾਂ ਸਿਮਰਨ ਬਾਰੇ ਜਾਂ ਮੁਕਤੀ ਬਾਰੇ ਪੁੱਛਿਆ ਜਾਂਦਾ ਤੇ ਉੱਥੇ ਗੁਰੂ ਪਿਤਾ ਇੱਕੋ ਹੀ ਕਹਿੰਦੇ ਸੀ ਵੀ ਬੇਟਾ ਸਿਮਰਨ ਤਾਂ ਕਰਨਾ ਹੀ ਪੈਣਾ, ਸੇਵਾ ਬੇਸ਼ਕ ਆਪ ਜਿੰਨੀ ਵੀ ਕਰਦੇ ਆ ਪਰ ਨਾਮ ਤਾਂ ਜਪਣਾ ਹੀ ਪੈਣਾ। ਇੱਕ ਵਾਰੀ ਗੁਰੂ ਪਿਤਾ ਤੋਂ ਕਿਸੇ ਨੇ ਪ੍ਰਸ਼ਨ ਪੁੱਛਿਆ, ਕਹਿੰਦੇ ਵੀ ਜੁਨੀਆਂ ਵਿੱਚ ਆਉਣ ਮਤਲਬ ਜਨ ਮਰਨ ਦੇ ਚੱਕਰ ਤੋਂ ਬਚਣ ਦਾ ਸਭ ਤੋਂ ਸਰਲ ਤੇ ਕਾਰਗਰ ਉਪਾਅ ਕੀ? ਨਾਮ ਸਿਮਰਨ ਹੀ ਹੈ। ਦੇਖੋ ਬਿਲਕੁਲ ਕਲੀਅਰ ਕੱਟ ਪ੍ਰਸ਼ਨ ਹੈ ਇੱਥੇ ਪਿਤਾ ਤੋਂ ਜੋ ਪੁੱਛਿਆ ਗਿਆ ਵੀ ਜਿਹੜਾ ਦੁਨੀਆਂ ਵਿੱਚ ਆਉਣ ਜਾਣ ਮਤਲਬ ਕਿ ਜਿਹੜਾ ਜਨਮ ਮਰਨ ਦੇ ਚੱਕਰ ਤੋਂ ਬਚਣ ਦਾ ਸਭ ਤੋਂ ਸਰਲ ਤੇ ਕਾਰਗਰ ਉਪਾਅ ਕੀ? ਨਾਮ ਸਿਮਰਨੀ ਹੈ। ਪ੍ਰਸ਼ਨ ਬਿਲਕੁਲ ਕਲੀਅਰ ਕੱਟ ਔਰ ਗੁਰੂ ਪਿਤਾ ਜੀ ਦਾ ਆਂਸਰ ਦੇਖੋ ਜੋ ਗੁਰੂ ਪਿਤਾ ਜੀ ਨੇ ਜਵਾਬ ਦਿੱਤਾ। ਗੁਰੂ ਪਿਤਾ ਜੀ ਉੱਥੇ ਕੀ ਕਲੀਅਰ ਕਰ ਰਹੇ ਹੈ? ਪਿਤਾ ਜੀ ਨੇ ਉੱਥੇ ਜਵਾਬ ਦਿੱਤਾ, ਕਹਿੰਦੇ ਦੁਨੀਆਂ ਵਿੱਚ ਵਾਰ ਵਾਰ ਆਉਣ ਆਪਣੀ ਰੂਹ ਜੀਵ ਆਤਮਾ ਨੂੰ ਦੁਬਾਰਾ ਜਨਮ ਮਰਨ ਦੇ 84 ਲੱਖ ਜੀਵ ਜੁਨੀਆਂ ਦੇ ਚੱਕਰ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਛੁਟਕਾਰਾ ਦਵਾਉਂਦਾ ਅਤੇ ਕਦੇ ਨਾ ਖਤਮ ਹੋਣ ਵਾਲੇ ਇਸ ਚੱਕਰ ਤੋਂ ਬਚਣ ਦੇ ਲਈ ਵਾਹਿਗੁਰੂ ਈਸ਼ਵਰ ਭਗਵਾਨ ਦਾ ਨਾਮ ਹੀ ਕਾਰਗਰ ਤੇ ਇਸ ਯੁੱਗ ਕਲਯੁਗ ਵਿੱਚ ਸਰਲ ਉਪਾਅ। ਦੇਖੋ ਸਰਲ ਉਪਾਅ ਪਿਤਾ ਨੇ ਸਿਰਫ ਨਾਮ ਹੀ ਦੱਸਿਆ ਵੀ ਨਾਮ ਹੀ ਹੈ। ਪਿਤਾ ਨੇ ਇੱਥੇ ਨਹੀਂ ਕਿਹਾ ਵੀ ਨਹੀਂ ਏਦੋ ਸਭ ਹੋਰ ਵੀ ਹੈਗਾ ਵੀ ਜੇ ਸੰਤ ਕੱਲਾ ਆਸ਼ੀਰਵਾਦ ਹੀ ਦੇ ਦੇਣ ਤੇ ਨਾਮ ਦੀ ਜ਼ਰੂਰਤ ਹੀ ਨਹੀਂ ਹੈ। ਪਿਤਾਈ ਤੋਂ ਜੋ ਚੀਜ਼ ਪੁੱਛੀ ਗਈ ਉੱਥੇ ਨਾਮ ਸਿਮਰਨ ਦੀ ਹੀ ਮਹਿਮਾ ਪਿਤਾਈ ਦੱਸ ਰਹੇ ਆ। ਫਿਰ ਪਿਤਾ ਨੇ ਕਿਹਾ ਵੀ ਹਿੰਦ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ, ਨਾ ਆਪਣਾ ਧਰਮ ਪਰਿਵਰਤਨ ਕਰਨਾ, ਨਾ ਪਹਿਰਾਵਾ ਬਦਲਣਾ, ਨਾ ਕੋਈ ਦਾਨ ਚੜਾਵੇ ਜਾਂ ਨੋਟਾਂ ਵੋਟਾਂ ਦਾ ਚੱਕਰ ਹੈ, ਪਰੰਤੂ ਇਸ ਦੇ ਲਈ ਗੁਰਮੰਤਰ ਜ਼ਰੂਰੀ ਹੈ। ਦੇਖੋ ਗੁਰਮੰਤਰ ਜ਼ਰੂਰੀ ਹੈ, ਗੁਰੂ ਪਿਤਾਈ ਜਵਾਬ ਦੇ ਰਹੇ ਆ। ਮਤਲਬ ਕਿਸੇ ਸੱਚੇ ਪੂਰੇ ਗੁਰੂ ਦੁਆਰਾ ਮੰਤਰਿਤ ਕੀਤੇ ਹੋਏ ਸ਼ਬਦਾਂ ਦਾ ਜਾਪ, ਮਤਲਬ ਨਾਮ ਸ਼ਬਦ ਦਾ ਸਿਮਰਨ, ਖਾਂਦੇ ਪੀਂਦੇ ਚੱਲਦੇ ਫਿਰਦੇ ਸੌਂਦੇ ਜਾਗਦੇ ਕੰਮ ਧੰਦਾ ਕਰਦੇ ਹੋਏ ਖਿਆਲਾਂ ਵਿਚਾਰਾਂ ਨਾਲ ਜੀਵ ਨਾਲ ਕਰਦੇ ਰਹੋ ਤੇ ਸੁਬਾ ਸ਼ਾਮ ਘੰਟਾ ਦੋ ਘੰਟੇ ਨਿਯਮ ਅਨੁਸਾਰ ਸ਼ਬਦਾਂ ਦਾ ਜਾਪ ਸਿਮਰਨ ਕਰੋ। ਇਸ ਤਰ੍ਹਾਂ ਜੀਵ ਜਿਉਂਦੇ ਜੀ ਖੁਦ ਆਪਣੀਆਂ ਅੱਖਾਂ ਨਾਲ ਪਰਮਪਿਤਾ ਪਰਮਾਤਮਾ ਦੇ ਦਰਸ਼ਨ ਦਾਰ ਵੀ ਕਰ ਸਕਦਾ ਹੈ। ਜੀਵ ਆਤਮਾ ਦੀ ਮੁਕਤੀ ਜਨਮ ਮਰਨ ਤੋਂ ਛੁਟਕਾਰਾ ਤਾਂ ਜੀਵ ਨੂੰ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ, ਨਾਮ ਸ਼ਬਦ ਗੁਰਮੰਤਰ ਤੇ ਗੁਰ ਧਾਰਨ ਕਰਨ ਨਾਲ ਹੀ ਹੋ ਸਕਦਾ ਹੈ। ਮਤਲਬ ਕਿ ਇਹਦੇ ਨਾਲ ਭਗਵਾਨ ਨੂੰ ਵੀ ਦੇਖਿਆ ਜਾ ਸਕਦਾ ਹੈ, ਸਿਮਰਨ ਦੁਆਰਾ ਭਗਵਾਨ ਨੂੰ ਦੇਖਿਆ ਵੀ ਜਾ ਸਕਦਾ ਹੈ, ਆਤਮਾ ਦੀ ਮੋਕਤੀ ਤੇ ਈਸ਼ਵਰ ਦਾ ਮਿਲਾਪ ਜਿਹੜਾ ਕਿਤੇ ਕਹਿੰਦੇ ਇੱਕ ਦੂਜੇ ਦੇ ਸਮਾਨ ਅੰਤਰੀਏ। ਜੇ ਅਸੀਂ ਈਸ਼ਵਰ ਦੀ ਪ੍ਰਾਪਤੀ ਕਰਨੀ ਹੈ ਜਾਂ ਮੋਕਸ਼ ਪਾਉਣਾ ਮੁਕਤੀ ਪਾਉਣੀ ਹੈ ਤਾਂ ਉਹਦੇ ਵਾਸਤੇ ਸਾਨੂੰ ਸਿਰਫ ਜਿਹੜਾ ਹੈਗਾ
गुरु धारण करके गुरु की शरण दे विच आके नाम शब्द गुर मंत्र जिहड़ा उहदा सिमरन करना पऊगा। ते गुरु प्यारे साहिब संगत जी साडे असीं तां कदे वी 27 सालां दे विच गुरु पिता जी तों इह नहीं सुनिया वी तुहानूं सिमरन की लोड़ ही नहीं है, जां वी इहो जिहे वी गुरु होए आ वी जिन्हां ने कल्ले आशीर्वाद नाल ही वी कमाल है। इहनूं इह नहीं पता वी आशीर्वाद शब्द नहीं हुंदा, उह गुरु की रूहानी दृष्टि हुंदी है। पिता जी जदों दाता दिंदे हुंदे सी तुहानूं याद होऊगा, कई बार पिता जी ने गल सुनाउणी वी कई बार इह मन दे विच ना सोचा करो वी उहने ज्यादा सेवा कीती वी मतलब कि तां उहनूं इह दात मिल गई, जां वी मैं उहदे नाल ज्यादा दिन सेवा कीती सी तां मैनूं कोई छोटी दात मिल गई, जां उहने घट दिन सेवा कीती तां मतलब उहनूं वड्डी दात मिल गई। तां गुरु पिता जी कहिंदे हुंदे सी वी इह दातां जिहड़ियां असीं दिंदे आ इहदा जिहड़ा रूहानी फकीर दा इह दृष्टि मायने रखदी है वी असीं दृष्टि पा के दिंदे आ। जे जदों दृष्टि गुरु पा दिंदा उहदे च फिर दुनियादारी दी दात दा कोई मतलब नहीं रहिंदा। भावें गोपी जी ने एक बार सुनाया भी सी अगे किसी को मतलब के परम पिता जी ने एक कंबल देता दूजे को एक रुमाल देता दोनों के विच कहिंदे मतलब दोनों की सेवा इको जे दिन सी वी ओने दिन ओहदी सी तां ओने दिन ही ओहदी सी, तां जिहनूं रुमाल दिता उहनूं ऐ लग्गिया वी शायद मतलब के वी मैनूं तां बहुत थोड़ा दिता ते उहनूं एडा वड्डा कंबल दिता। ते कहिंदे जदों उहदे मन दे विच इह विचार आ गया तां गुरु पिता जी कहिंदे फिर वापस मुड़ के उहनां नूं दुबारा जिहड़ा सीगा उह बदलता उहनूं कंबल देता ते उहनूं मतलब कि रुमाल देता। ते उत्थे वी कहिंदे वचन कीते सी फिर वी जिहड़ा रूहानियत दे विच इह चीज वड्डी छोटी मायने नहीं रखदी, तां जिहड़ी दृष्टि है संतां दी जां सतगुर दी पूरे गुरु दी दृष्टि दी अहमियत है। जदों पूरी तवज्जो पा के जदों कोई सतगुर दृष्टि पा दिंदा तां फिर उहदी इन्नी रहमत है वी किसे वी राजे नूं रंक बना सकदा ते रंक नूं राजे बना सकदा है। सतगुर दी इक दृष्टि है जिहड़ी उह किसे नूं वी फर्श तों चक के अरश ते बिठा सकदी है ते अरश तों ला के थल्ले फर्श ते बिठा दिंदी है। रूहानियत दे विच गुरु दी दृष्टि दी बहुत अहमियत हुंदी है, पर नाम शब्द दी जिहड़ी हैगी है जिन्ने वी गुरु पीर अवतार संत महापुरश आए आ उहनां ने नाम शब्द दी महिमा लिखी है। हर धर्म के ग्रंथ के देख लो पिता जी कहते होंगे भी चाहे वह मुसलमान धर्म है उसके भी कलमा कहते हैं, चाहे इंग्लिश है मैथड ऑफ मेडिटेशन कहते हैं, चाहे गुरमंत्र शब्द कहते हैं, नाम शब्द कहते हैं, जिन्हें भी साढ़े हिंदू सिख मुसलिम ईसाई या बोधी जिन्हें जैनी जिन्हें भी हो सब ने ही परमात्मा के नाम का जिहड़ा सिमरन है उसकी महिमा ही हमेशा दसी है। पर यह बंदा इन्ना बेवकूफ है जिहड़ा सच्चे सौदे का सिद्धांत है उहनूं इह खत्म करदा करदा इह जिहड़े हैगे परम पिता परमात्मा दे ही उल्ट जा रहे हैं, क्योंकि जिहड़े संत भेजे जांदे उह वी परम पिता परमात्मा दे हुक्म नाल ही आउंदे आ ते उहदे हुक्म नाल ही उहदे नाम दा सिमरन करवा के जांदे आ उह। ते जे इस बंदे ने नाम दी सिमरन दी जां नाम दी महिमा ही खत्म करती इंपोर्टेंस ही खत्म करती तां फिर पिछे की रहि जू, इत्थों पता लगदा ना वी इह काल महाकाल है, इह काल महाकाल दा रूप है जो परम पिता परमात्मा जां सच्चे संतां दे बनाए हुए असूलां दे उल्ट चल रहा। बार बार हर गल कहूगा साडे वेदां च लिखिआ, दस कित्थे वेदां दे विच लिखिआ, मैं तुहानूं वेदां दी गल वी सुनाई है, गुरु साहिब ने गुरबाणी च लिखिआ वी वेद पुराण वी इक इही गल कहिंदे आ वी भाई परमात्मा दे नाम दा सिमरन करना। तां गुरु प्यारे साहिब संगत जी जिहड़े इहो जिहे जमूरे हुंदे आ ना इह काल महाकाल दे जिहड़े एजेंट आ दलाल आ इहनां तों बच के रहो, तां जिन्ना इहनां तों बच के रहांगे तुहानूं हमेशा इक गल कहिनी हुंदी आ हत्थ जोड़ के बेनती सारी साध संगत दे अगे अपने असली गुरु पिता जी दीआं बहुत सारियां वीडियो पईआं बहुत सारियां सत्संगां पईआं तुसीं हमेशा उहनां नूं ध्यान नाल सुनिया करो, एकाग्र चित हो के गुरु पिता जी दे जे तुसीं शब्द सुनोगे चाहे उह भजन है चाहे रूबरू नाइट दे विच बोले गए आ किवें वी गुरु पिता जी ने शब्द अपने मुखारदन तों बोले होए आ तुसीं उहनां नूं ध्यान नाल सुनिया करो सुनिया करो। गुरु पिता जी दीआं जो वीडियो है सत्संग है मजलस है उहनां नूं ध्यान नाल सुनिया करो, उह वी तुहाडा सिमरन दे विच ही काउंट हुंदा। पिता जी दे वचन वी जे तुसीं सीडी सुणदे आ जां पिता जी दा किते स्वरूप देखदे आ जां वीडियो देखदे आ सत्संग सुणदे आ तां उह वी तुहानूं जिहड़ा नाम सिमरन वेले सहाई होऊगा वी तुहाडी जिहड़ी हैगी सुरती जल्दी लगूगी। तां अपनी टीम खास करके फेथ वर्सेज वर्डिक्ट दी टीम ने जो आपां शुरू कीता होया 3 तों 3:30 सुबह दा ब्रह्म मुहूर्त दे टाइम जो सिमरन है उह वी आपां करना ज्यादा तुसीं कर सकदे आ उह महर्त दी इच्छा है, और जिहड़ा रात नूं करना 9:30 उह वी सारिआं ने जरूर करना है। आपां जिहड़ा इह सिमरन है लगातार जारी रखना, इह नहीं है वी इहनूं कोई आपां 1 महीना करना जां 2 करना जां 4 करना जां 6 करना, चाहे गुरु पिता जी आ भी जांदे इह सिमरन दा रूटीन तां आपां ने एवें रखना, क्योंकि सिमरन ते ही सतगुर खुश हुंदा है। इस गल का यकीन रखो सिमरन ही एक इहोजी चीज है कि सच्चे दिल नाल कीती हुई सेवा ते इक सिमरन जिहदे ते गुरु पिता जी बहुत ज्यादा
ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਤੇ ਹਰ ਜੀਵ ਨੇ ਨੂੰ ਚਾਹੀਦਾ ਕੀ ਹੁੰਦਾ ਕਿ ਉਹਦਾ ਗੁਰੂ ਖੁਸ਼ ਹੋਵੇ। ਜੇ ਸਾਡਾ ਸਿਮਰਨ ਕਰਨ ਦੇ ਨਾਲ ਸਾਡਾ ਗੁਰੂ ਖੁਸ਼ ਹੋ ਰਿਹਾ ਤਾਂ ਹੁਣ ਵੀ ਗੁਰੂ ਪਿਤਾ ਜੀ ਜਿਹੜੀ ਆਪਣੀ ਟੀਮ ਦੇ ਕਈ ਮੈਂਬਰਾਂ ਨੂੰ ਜਿਹੜਾ ਦਰਸ਼ਨ ਦੇ ਰਿਹਾ, ਜਦੋਂ ਸਿਮਰਨ ਹੁੰਦਾ ਰਾਤ ਵਾਲਾ ਸਿਮਰਨ ਹੁੰਦਾ ਜਾਂ ਸੁਬਹ ਵਾਲਾ ਸਿਮਰਨ ਦੇ ਵਿੱਚ ਗੁਰੂ ਪਿਤਾ ਜੀ ਦਰਸ਼ਨ ਦੇ ਕੇ ਆਸ਼ੀਰਵਾਦ ਦੇ ਰਿਹਾ, ਖੁਸ਼ ਆ ਪਿਤਾ ਜੀ ਬਹੁਤ ਜ਼ਿਆਦਾ। ਜੋ ਟੀਮ ਸਿਮਰਨ ਕਰ ਰਹੀ ਹੈ, ਜੋ ਵੀ ਟੀਮ ਦੇ ਮੈਂਬਰ ਸਿਮਰਨ ਕਰ ਰਹੇ ਤਾਂ ਗੁਰੂ ਪਿਤਾ ਜੀ ਬਹੁਤ ਜ਼ਿਆਦਾ ਖੁਸ਼ ਹੈ। ਆਪਣੀ ਟੀਮ ਦੀ ਇੱਕ ਭੈਣ ਨੂੰ ਗੁਰੂ ਪਿਤਾ ਜੀ ਨੇ ਸਿਮਰਨ ਦੇ ਵਿੱਚ, ਰਾਤ ਦੇ ਸਿਮਰਨ ਦੇ ਵਿੱਚ ਇਹ ਦਿਖਾਇਆ ਕਿ ਜਿਹੜਾ ਪੂਰਾ ਬਹੁਤ ਵੱਡਾ ਗੁਰੂ ਪਿਤਾ ਜੀ ਦਾ ਸਰੂਪ ਮਤਲਬ ਖੜਾ, ਗੁਰੂ ਪਿਤਾ ਇੱਕ ਬਹੁਤ ਵੱਡੇ ਸਰੂਪ ਦੇ ਵਿੱਚ ਖੜੇ ਆ ਔਰ ਬਹੁਤ ਜ਼ਿਆਦਾ ਰੋਸ਼ਨੀ ਆ ਰਹੀ ਹੈ ਉਹਨਾਂ ਦੇ ਆਸ਼ੀਰਵਾਦ ਜੋ ਦੇ ਰਹੇ ਉਹਦੇ ਵਿੱਚੋਂ, ਤੇ ਸਾਰੀ ਟੀਮ ਬੈਠੀ ਸਿਮਰਨ ਕਰ ਰਹੀ ਹੈ ਤੇ ਗੁਰੂ ਪਿਤਾ ਜੀ ਆਸ਼ੀਰਵਾਦ ਦੇ ਰਹੇ ਔਰ ਗੁਰੂ ਪਿਤਾ ਜੀ ਜਿਹੜੀਆਂ ਉਹ ਕਿਰਨਾਂ ਉਹ ਸਾਰੇ ਜਿਹੜੀ ਟੀਮ ਤੇ ਜੋ ਕਰ ਰਹੀ ਹੈ ਉਹਦੇ ਤੇ ਪੈ ਰਹੀ ਹੈ ਤੇ ਗੁਰੂ ਪਿਤਾ ਜੀ ਜਿਹੜੀਆਂ ਉਹ ਕਿਰਨਾਂ ਇਸ ਤਰ੍ਹਾਂ ਪੈ ਰਹੀਆਂ ਕਿ ਹੌਲੀ ਹੌਲੀ ਉਹ ਜਿਹੜਾ ਪੂਰਾ ਟੀਮ ਦੇ ਉੱਪਰ ਸੁਰੱਖਿਆ ਕਵਚ ਬਣ ਜਾਂਦਾ ਹੈ। ਇਸ ਤਰ੍ਹਾਂ ਦੇ ਨਜ਼ਾਰੇ ਗੁਰੂ ਪਿਤਾ ਜੀ ਦਿਖਾ ਰਹੇ ਆਪਣੇ ਹੀ ਟੀਮ ਦੇ ਮੈਂਬਰਾਂ ਨੂੰ ਦਿਖਾ ਰਹੇ ਆ। ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਜਿਹੜਾ ਜਮੂਰਾ ਆਇਆ ਹੋਇਆ ਇਹਨੇ ਤਾਂ ਉਹ ਬਸ ਜਿਹੜੇ ਅੰਧ ਭਗਤ ਮਗਰ ਲੱਗੇ ਉਹਨਾਂ ਨੂੰ ਨਰਕਾਂ ਦੇ ਵਿੱਚ ਲੈ ਕੇ ਜਾਣਾ ਹੀ ਜਾਣਾ, ਪਰ ਅਸੀਂ ਜੋ ਮਕਸਦ ਲੈ ਕੇ ਚੱਲੇ ਹਾਂ ਖਾਸ ਕਰਕੇ ਸਿਹਤ ਵਰਕਰ ਦੀ ਟੀਮ, ਆਪਾਂ ਆਪਦਾ ਮਕਸਦ ਕਦੇ ਨੀ ਭੁੱਲਣਾ। ਆਪਾਂ ਜੋ ਸਾਡੇ ਆਲੇ ਦੁਆਲੇ ਸਾਡੀ ਸਾਧ ਸੰਗਤ ਭੋਲੀ ਭਾਲੀ ਇਹਦੇ ਮਗਰ ਲੱਗੀ ਹੋਈ ਹੈ ਜਾਂ ਜ਼ਿੰਮੇਵਾਰਾਂ ਨੇ ਇਹਦੇ ਮਗਰ ਲਾਈ ਹੋਈ ਆ, ਉਹਨਾਂ ਨੂੰ ਜ਼ਰੂਰ ਤੁਸੀਂ ਕੋਸ਼ਿਸ਼ ਕਰਿਆ ਕਰੋ, ਆਪਦੇ ਵੱਲੋਂ ਕੋਸ਼ਿਸ਼ ਜ਼ਰੂਰ ਕਰਿਆ ਕਰੋ ਅਸਲੀ ਗੁਰੂ ਪਿਤਾ ਜੀ ਨਾਲ ਜੋੜਨ ਦੀ। ਕਿਉਂਕਿ ਆਪਾਂ ਜੇ ਕੋਸ਼ਿਸ਼ ਕਰਾਂਗੇ ਆਪਾਂ ਨੂੰ ਸਤਿਗੁਰ ਨੇ ਫਲ ਦੇ ਦੇਣਾ ਤੇ ਬਾਕੀ ਫਿਰ ਜੇ ਨਹੀਂ ਉਹ ਜੁੜਦਾ ਫਿਰ ਵੀ ਉਹ ਜਾਣੇ ਉਹਦਾ ਕੰਮ ਜਾਣੇ। ਉਹਨੂੰ ਜ਼ਰੂਰ ਆਪਣੀਆਂ ਵੀਡੀਓ ਦਿਖਾਇਆ ਕਰੋ, ਦੱਸਿਆ ਕਰੋ ਵੀ ਸਾਡੇ ਅਸਲ ਗੁਰੂ ਪਿਤਾ ਜੀ ਦੀ ਕੀ ਸੋਚ ਹੈ ਤੇ ਕਿਵੇਂ ਇਹ ਬੰਦਾ ਜਿਹੜਾ ਸਾਡੇ ਅਸਲੀ ਗੁਰੂ ਪਿਤਾ ਜੀ ਦੀ ਸੋਚ ਨੂੰ ਖਤਮ ਕਰ ਰਿਹਾ, ਕਿਵੇਂ ਇਹ ਬੰਦਾ ਡੇਰਾ ਸੱਚਾ ਸੌਦਾ ਦੇ ਸਾਰੇ ਸਿਧਾਂਤਾਂ ਨੂੰ ਹੀ ਖਤਮ ਕਰ ਰਿਹਾ। ਇਹੀ ਚੀਜ਼ ਤਾਂ ਸਰਕਾਰ ਚਾਹੁੰਦੀ ਸੀ, ਸਰਕਾਰ ਇਹੀ ਚੀਜ਼ ਚਾਹੁੰਦੀ ਸੀ, ਇਸੇ ਕਰਕੇ ਹੀ ਤਾਂ ਸਰਕਾਰ ਨੇ ਜੋ ਸਾਡਾ ਤੀਜਾ ਵਚਨ ਸੀ ਉਹਦਾ ਇਲਜ਼ਾਮ ਗੁਰੂ ਪਿਤਾ ਜੀ ਤੇ ਲਾ ਕੇ ਗੁਰੂ ਪਿਤਾ ਜੀ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਦੇ ਵਿੱਚ ਭੇਜਿਆ ਗਿਆ, ਤਾਂ ਕਿ ਉਹਨਾਂ ਨੂੰ ਇਹ ਲੱਗੇ ਜਦੋਂ ਡੇਰਾ ਸੱਚਾ ਸੌਦਾ ਜਿਹਨਾਂ ਸਿਧਾਂਤਾਂ ਤੇ ਖੜਾ ਹੈ ਜਦੋਂ ਗੁਰੂ ਤੇ ਹੀ ਉਹ ਦੋਸ਼ ਲੱਗ ਜਾਣਗੇ ਤਾਂ ਫਿਰ ਉਹ ਜਿਹੜੀ ਸੰਸਥਾ ਉਹ ਆਪਣੇ ਆਪ ਖਤਮ ਹੋ ਜੂ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਇਹ ਨੀ ਪਤਾ, ਇਹ ਮਸਤਾਨਾ ਹੀ ਮਹਾਰਾਜ ਨੇ ਜਦੋਂ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ ਤਾਂ ਉਹਨਾਂ ਦੇ ਇਹ ਵਚਨ ਹੈ ਕਿ ਜਦ ਤੱਕ ਇਹ ਰਹਿੰਦੀ ਦੁਨੀਆ ਰਹੂਗੀ ਉਦੋਂ ਤੱਕ ਡੇਰਾ ਸੱਚਾ ਸੌਦਾ ਰਹੂਗਾ। ਕਿਸੇ ਬੀਜੇਪੀ ਜਾਂ ਆਰਐਸਐਸ ਦੇ ਕਿਸੇ ਦੀ ਬੰਦੇ ਦੀ ਇੰਨੀ ਹਿੰਮਤ ਨਹੀਂ ਹੈ ਕਿ ਡੇਰਾ ਸੱਚਾ ਸੌਦਾ ਦੀ ਸੋਚ ਨੂੰ ਜਾਂ ਡੇਰਾ ਸੱਚਾ ਸੌਦਾ ਨੂੰ ਖਤਮ ਕੀਤਾ ਜਾਵੇ। ਹਾਂ ਜਿਹੜੀ ਬਹੁਤ ਗਿਣਤੀ ਹੈ ਤੁਸੀਂ ਅੱਜ ਉਹ ਇੱਕ ਇਹੋ ਜਿਹਾ ਜਮੂਰਾ ਲਿਆ ਕੇ ਬਿਠਾ ਤਾ ਜਿਹੜਾ ਉਹ ਬਹੁਤ ਗਿਣਤੀ ਉਹਦੇ ਮਗਰ ਲੱਗੀ ਹੋਈ ਹੈ ਤੇ ਉਹ ਬਹੁਤ ਗਿਣਤੀ ਵੀ ਡੇਰਾ ਸੱਚਾ ਸੌਦਾ ਦੀ ਸੋਚ ਨੂੰ ਜਾਂ ਗੁਰੂ ਪਿਤਾ ਦੀ ਸੋਚ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ। ਪਰ ਅਜੇ ਵੀ ਗੁਰੂ ਪਿਤਾ ਜਿਵੇਂ ਕਹਿੰਦੇ ਹੁੰਦੇ ਸੀ ਸੱਚ ਦਾ ਬੀਜ ਕਦੇ ਨਾਸ਼ ਨਹੀਂ ਹੁੰਦਾ, ਸਤਿਗੁਰ ਦੇ ਅਸਲੀ ਗੁਰੂ ਦੇ ਸੱਚੇ ਆਸ਼ਕ ਆ ਜਿਹੜੇ ਅੱਜ ਵੀ ਜਿੰਦਾ, ਗੁਰੂ ਨੂੰ ਸੱਚਾ ਪ੍ਰੇਮ ਕਰਨ ਵਾਲੇ ਅੱਜ ਵੀ ਉਹਦੀ ਯਾਦ ਨੂੰ ਆਪਣੇ ਦਿਲ ਦੇ ਵਿੱਚ ਰੱਖ ਕੇ ਅੱਜ ਵੀ ਆਪਦੇ ਗੁਰੂ ਪਿਤਾ ਜੀ ਦਾ ਇੱਕ ਇੱਕ ਜੋ ਸਿਧਾਂਤ ਆ ਜਾਂ ਗੁਰੂ ਪਿਤਾ ਜੀ ਦਾ ਜੋ ਬਣਾਏ ਹੋਏ ਨਿਯਮ ਹੈ ਜਾਂ ਗੁਰੂ ਪਿਤਾ ਜੀ ਦੇ ਜੋ ਵੀ ਸੋਚ ਹੈ ਉਹਨੂੰ ਲੈ ਕੇ ਅੱਗੇ ਪੂਰੀ ਦੁਨੀਆ ਦੇ ਵਿੱਚ ਜਾ ਰਹੇ ਆ। ਗੁਰੂ ਪਿਤਾ ਜੀ ਦੇ ਉਹ ਬੱਚੇ, ਪਿਆਰੇ ਬੱਚੇ, ਸਤਿਗੁਰ ਦੇ ਉਹ ਸੱਚੇ ਆਸ਼ਕ ਇਸ ਵਰਸੇ ਵਾਡੇ ਦੀ ਟੀਮ ਚਾਹੇ ਲੋਕਾਂ ਨੂੰ ਲੱਗੇ ਵੀ ਇਹ ਬਹੁਤ ਥੋੜੀ ਹੈ, ਪਰ ਸੱਚ ਹਮੇਸ਼ਾ ਬਹੁਤ ਥੋੜਾ ਹੁੰਦਾ ਹੈ। ਪਰ ਜਿਹੜਾ ਇਹ ਥੋੜਾ ਸੱਚ ਹੁੰਦਾ ਨਾ ਇਹੋ ਜਿਹਾ ਮੁੜ ਕੇ ਫਿਰ ਜਿਹੜਾ ਬ੍ਰਹਮ ਅਸਤਰ ਬਣ ਕੇ ਦੁਨੀਆ ਦੇ ਵਿੱਚ ਫੈਲਦਾ ਤੇ ਜਿਹੜਾ ਦੂਜੀ ਸਾਰੀ ਬੁਰਾਈ ਹੈ ਉਹਨੂੰ ਖਤਮ ਕਰ ਦਿੰਦਾ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂ ਖਤਮ ਕਰ ਦਿੰਦਾ, ਕਿਉਂ ਉਹ ਬ੍ਰਹਮ ਅਸਤਰ ਬਣ ਜਾਂਦਾ ਜਿਹੜੀ ਸੱਚ ਹੁੰਦਾ ਛੋਟਾ ਥੋੜਾ ਹੁੰਦਾ ਬੇਸ਼ੱਕ ਗਿਣਤੀ ਦੇ ਵਿੱਚ, ਕਿਉਂਕਿ ਉਹ ਕੁੱਲ ਮਾਲਕ ਜਿੱਥੇ ਸੱਚ ਹੁੰਦਾ ਉੱਥੇ ਕੁੱਲ ਮਾਲਕ ਆਪ ਖੜਾ ਹੁੰਦਾ। ਤੇ ਗੁਰੂ ਪਿਤਾ ਜੀ ਦੇ ਵਚਨ ਆ ਜਿੱਥੇ ਸੱਚ ਹੁੰਦਾ ਉੱਥੇ ਸਤਿਗੁਰ ਖੁਦ ਹਾਜ਼ਰ ਹੁੰਦੇ ਆ। ਤੇ ਇਸੇ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਆਪਣਾ ਜੋ ਮਕਸਦ ਹੈ ਸਿਮਰਨ ਵੀ ਕਰਨਾ ਔਰ ਜੋ ਆਪਾਂ ਗੁਰੂ ਪਿਤਾ ਜੀ ਦਾ ਮਕਸਦ ਲੈ ਕੇ ਚੱਲੇ ਆ, ਮਿਸ਼ਨ ਨੂੰ ਲੈ ਕੇ ਚੱਲੇ ਆ, ਗੁਰੂ ਪਿਤਾ ਜੀ ਨੂੰ ਨਿਰਦੋਸ਼ ਸਾਬਤ ਕਰਨਾ, ਗੁਰੂ ਪਿਤਾ ਜੀ ਦੀ ਆਣ ਬਾਣ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕਰਨੀ ਤੇ ਗੁਰੂ ਪਿਤਾ ਜੀ ਦਰਸ਼ਨ ਦਾਰ ਕਰਨੇ, ਇਹਦੇ ਤੇ ਵੀ ਆਪਾਂ ਪੂਰਾ ਜਿਹੜਾ ਹੈਗਾ ਅਮਲ ਕਮਾਉਣਾ ਤੇ ਇਹਦੇ ਤੇ ਗੁਰੂ ਪਿਤਾ ਜੀ ਦੀ ਆਣ ਬਾਣ ਸ਼ਾਨ ਪੂਰੀ ਉੱਚੀ ਕਰਨ ਦੀ ਹਰ ਸਮੇਂ ਕੋਸ਼ਿਸ਼ ਕਰਦੇ ਰਹਿਣਾ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ।